ਉਹ ਮੇਰੇ ਵਾਸਤੇ ਤੋੜ ਲਿਆ ਜਾਮਣਾ, ਇਹ ਚੋਰੀ ਚੱਕ ਲੈ ਕੇ ਜਾਂਦੇ ਲੱਗਦਾ, ਇੱਥੇ ਚੋਰੀ ਚੱਕ ਲਿਆਉਂਦੇ ਜਿੱਦਾਂ ਰੌਲਾ ਪਾਉਂਦੇ ਹਨ। ਪਹਿਲਾਂ ਤਾਂ ਢੇਰ ਲਾਉਣ ਗਏ ਸੀਗੇ, ਮੈਂ ਤਾਂ ਪੱਠੇ ਵੀ ਨਹੀਂ ਪਾਏ, ਮੈਂ ਕਿਹਾ ਢੇਰ ਲਾ ਕੇ ਆਏ ਨਾ, ਉਹ ਕਹਿੰਦਾ ਪਹਿਲੀ ਵਿੱਚ ਜਾਣਾ ਤੁਸੀਂ, ਕਹਿੰਦਾ ਮੈਂ ਕਿਹਾ ਚੱਲ ਚੱਲ ਚੱਲਦਾ ਨਾਲ ਹੀ ਫਿਰ। ਪੱਠੇ ਪਾ ਦਿੱਤੇ ਆ, ਫਲਾਰ ਵੀ ਦਿੱਤੇ ਅਤੇ ਹੁਣ ਮੈਂ ਚੱਲਦਾ ਘਰ ਨੂੰ ਕੰਮ। ਬਾਕੀ ਵਿਹਲੇ ਬਲੋਗ ਸ਼ੁਰੂ ਕਰਦੇ ਹਾਂ ਅਤੇ ਅਲੀ ਬਾਈ ਚਲ ਗਿਆ ਵਾ ਦਾਤੀ ਲੈ ਕੇ ਪੱਠੇ ਵੱਢਣ, ਬਾਕੀ ਮੱਝਾਂ ਹਜੇ ਇੱਥੇ ਹੀ ਆ, ਸਵੇਰ ਸਵੇਰ ਦਾ ਟਾਈਮ ਆ, ਇੰਨੀ ਸਾਜਰ ਮੱਝਾਂ ਲਿਆ ਕੇ ਕਰਨੀਆਂ, ਹਜੇ ਪੱਠੇ ਖਾਣੀਆਂ ਵਾ। ਬਾਕੀ ਗੋਹਾ ਅਲੀ ਬਾਈ ਅੱਗੇ ਲੱਦ ਗਿਆ ਸੀਗਾ ਅਤੇ ਮੈਂ ਹੁਣ ਉੱਠਾ ਉੱਠਿਆ ਵਾਂ ਅਤੇ ਮੂੰਹ ਹੱਥ ਧੋਤਾ ਲੱਸੀ ਪੀ ਕੇ ਮੈਂ ਇੱਧਰ ਨੂੰ ਆ ਗਿਆ ਵਾਂ ਅਤੇ ਅਲੀ ਬਾਈ ਕਹਿੰਦਾ ਮੈਂ ਜਾ ਕੇ ਪੱਠੇ ਵੱਢਦਾ ਵਾਂ ਅਤੇ ਤੂੰ ਰੇਹੜੀ ਲੈ ਕੇ ਆ ਜਾ, ਮੈਂ ਕਿਹਾ ਚੱਲ ਠੀਕ ਆ, ਗੋਹਾ ਅਲੀ ਬਾਈ ਲੱਦ ਗਿਆ ਵਾ ਅਤੇ ਬਾਕੀ ਹੁਣ ਰੇਹੜੀ ਲੈ ਕੇ ਚੱਲਦਾ ਵਾਂ ਅਤੇ ਜਾ ਕੇ ਮੁਰੱਬੇ ਵਾਲਾ ਗੋਹਾ ਲੱਦ ਕੇ ਲਾਹੁੰਦਾ ਵਾਂ। ਬਾਕੀ ਸਵੇਰੇ ਸਵੇਰੇ ਇਸ ਕਰਕੇ ਜਾਈਦਾ ਦੁਪਹਿਰ ਨੂੰ ਹੱਬਸ ਜਾਂ ਉੱਦਾਂ ਹਜੇ ਵੀ ਹੱਬਸ ਹੋਇਆ, ਪਸੀਨਾ ਆਈ ਜਾਂਦਾ ਖੜ੍ਹੇ ਖੜ੍ਹੇ ਅਤੇ ਬਾਕੀ ਮੈਂ ਕਿਹਾ ਟਾਈਮ ਨਾਲ ਚੱਲਦੇ ਹਾਂ ਆਪਾਂ। ਰੇਹੜੀ ਖਿਲਾਰ ਦਿੱਤੀ ਆ ਅਤੇ ਅਲੀ ਬਾਈ ਮੋਟਰਸਾਈਕਲ 'ਤੇ ਆਇਆ ਖੜ੍ਹਾ, ਬਾਕੀ ਉਹ ਸਾਹਮਣੇ ਚਟਨੀ ਵੱਡੀ ਦੀ, ਉੱਧਰੋਂ ਵੱਡੀ ਵੱਡੀ ਉੱਧਰੋਂ ਹੱਥ ਲਾਇਆ ਵਾ। ਬਾਕੀ ਆਹ ਘੱਚ ਅਤੇ ਪੱਲੀਆਂ ਲੈ ਕੇ ਚੱਲਦਾ ਹਾਂ, ਪੱਠਿਆਂ ਦੀਆਂ ਭਰੀਆਂ ਪਾਉਂਦਾ ਵਾਂ, ਜੇ ਥੋੜ੍ਹੇ ਹੋਏ ਫਿਰ ਅੱਗ ਤੂੜੀ ਦੀ ਵੰਡ ਪਾ ਲੈਂਦਾ ਅਤੇ ਫਿਰ ਪੱਠੇ ਪੁੱਠੇ ਲੱਦ ਕੇ ਚੱਲਦੇ ਹਾਂ ਪਿੰਡ ਨੂੰ। ਪੱਠੇ ਪੁੱਠੇ ਵੱਢੇ ਗਏ ਆ, ਚਾਰ ਭਰੀਆਂ ਲੱਦ ਹੋ ਗਈਆਂ, ਇੱਕ ਵਾਰੀ ਵੱਢ ਕੇ ਹਟਿਆ ਹਲੇ ਵੀ ਲੱਦਣ ਲੱਗਾ ਵਾ ਅਤੇ ਬਾਕੀ ਫਿਰ ਜਾ ਕੇ ਤੂੜੀ ਪਾਉਂਦਾ ਵਾਂ ਅਤੇ ਤੂੜੀ ਪਾ ਕੇ ਫਿਰ ਲੱਦ ਕੇ ਚੱਲਦੇ ਹਾਂ ਘਰ ਨੂੰ। ਬੜੀ ਗਰਮੀ ਯਾਰ, ਹੁਣ ਤੂੜੀ ਪਾਉਣ ਲੱਗਾ, ਪੱਠੇ ਪੁੱਠੇ ਲੱਦੇ ਗਏ ਆ, ਆਹ ਪੱਲੀ ਰੱਖ ਲਈ ਆ ਅਤੇ ਇੱਧਰ ਰੇਹੜੀ ਖੜ੍ਹੀ ਆਪਣੀ, ਹਲੀ ਬਾਈ ਚਲ ਗਿਆ ਵਾ, ਕਹਿੰਦਾ ਮੈਂ ਪੱਠੇ ਉੱਧਰ ਦੂਜੇ ਪੱਠਿਆਂ ਨੂੰ ਫੇਰਾ ਮਾਰਿਆ, ਸਪਰੇਅ ਸਪਰੂਅ ਨਹੀਂ ਕਰਨੀ, ਮੈਂ ਕਿਹਾ ਚੱਲ ਠੀਕ ਆ ਮਾਰਿਆ ਅਤੇ ਬਾਕੀ ਹੁਣ ਮਿਲਦਾ ਤੂੜੀ ਪਾ ਕੇ ਅਤੇ ਆਈ ਡੀ ਨਾਲ ਨਾਲ ਰੱਖ ਲਈ ਆ ਵੀ ਇਕੱਠੀ ਕਰ ਲਵਾਂਗੇ, ਦੋਵਾਂ ਦਿਨਾਂ ਬਾਅਦ ਤੂੜੀ ਲਿਆਈ ਦੀ ਹੈ ਨਾ, ਇਸ ਕਰਕੇ ਫਿਰ ਆਹ ਹਵਾ ਹਵੂ 'ਚ ਚੱਲਦੀ ਹੈ, ਖਿਲਰ ਜਾਂਦੀ ਹੈ। ਪੱਠੇ ਪੁੱਠੇ ਲੱਦ ਲਏ ਆ ਅਤੇ ਹਲੇ ਵੀ ਇਹਦੀਆਂ ਤਲਾਮਾਂ ਸਿੱਧੀਆਂ ਗਾਉਂਦੇ ਆ ਵਾ, ਹਾਂਜੀ, ਅਤੇ ਬਾਕੀ ਫਿਰ ਚੱਲਦੇ ਇਸਦੇ ਪਿੰਡ ਜਾ ਕੇ ਪੱਠੇ ਪੁੱਠੇ ਲਾ ਕੇ ਉਤਰਦੇ ਹਾਂ। ਆਬੂ ਹੋਏ ਮੱਝਾਂ ਲੈ ਕੇ ਨਹੀਂ ਆਏ ਹੈਗੇ, ਮੈਨੂੰ ਲੱਗਦਾ ਮੈਨੂੰ ਹੀ ਭੇਜਣਗੇ ਜਾ ਕੇ, ਹੈ ਨਾ, ਇਹ ਮੋਟਰਸਾਈਕਲ ਮੈਂ ਲਿਆਵਾਂਗੇ ਤੂੰ ਇਹ, ਚੱਲ ਫਿਰ ਚਾਬੀ ਦੇ ਦੇ, ਮੈਂ ਪਾਣੀ ਵੀ ਲਿਆਵਾਂ। ਹੇਲੀ ਆ ਗਿਆ ਵਾਂ, ਬਾਕੀ ਮੱਝਾਂ ਹਜੇ ਇੱਥੇ ਹੀ, ਆਬੂ ਲੈ ਕੇ ਨਹੀਂ ਗਏ ਅਤੇ ਆਬੂ ਦੰਦੇ ਕਢਾਉਣ ਗਏ ਸੀ ਦਾਤੀ ਦੇ, ਇਸ ਕਰਕੇ ਨਾ ਲੇਟ ਹੋ ਗਏ, ਹੁਣ ਆਉਣ ਲੱਗੇ ਆਬੂ ਕੱਪੜੇ ਕੁੱਪੜੇ ਬਦਲ ਕੇ ਨਾ, ਮੱਝਾਂ ਆਬੂ ਕਹਿੰਦੇ ਨਾ ਆ ਕੇ ਲੈ ਕੇ ਜਾਂਦਾ, ਮੈਂ ਕਿਹਾ ਚਲੋ ਠੀਕ ਆ ਅਤੇ ਬਾਕੀ ਅਲੀ ਬਈ ਆ ਚਲਾ ਪਿੰਡ ਵੜ ਗਿਆ ਪੱਠੇ ਰੇਹੜੀ ਲੈ ਕੇ ਅਤੇ ਹੁਣ ਮੈਂ ਦੁਆ ਦੁਆ ਖੋਲ੍ਹਦਾ ਅੰਦਰ ਕਰਦੇ ਰੇਹੜੀ ਅਤੇ ਪੱਠੇ ਪੁੱਠੇ ਲਵਾਉਂਦਾ ਫਿਰ ਅਲੀ ਬਈ ਪੱਠੇ ਕੁਤਰ ਦਿੰਦਾ ਵਾ ਅਤੇ ਰੇਤੀ ਰੁਤੀ ਮਾਰਦਾ, ਬਾਕੀ ਪਾਣੀ ਲਿਆ ਕੇ ਰੱਖ ਦਿੱਤਾ ਜਾ ਕੇ 'ਚ, ਪਾਣੀ ਪੀ ਲੂਗਾ ਅਲੀ ਬਈ, ਨਾਲੇ ਮੈਂ ਵੀ ਪੀਆਂ, ਗਰਮੀ ਬੜੀ ਆ, ਸਾਰੇ ਕੱਪੜੇ ਪਸੀਨੇ ਨਾਲ ਭਰ ਗਏ ਆ, ਇਹ ਤਾਂ ਕੱਪੜੇ ਪਸੀਨੇ ਨਾਲ ਭਰੇ ਹੁੰਦੇ, ਉੱਤੋਂ ਜੋ ਤੂੜੀ ਦੀ ਪੰਡ ਪਾਣੀ ਪੈਂਦੀ ਉਹ ਸਾਰੀ ਕੱਪੜੇ ਨਾਲ ਜਿੰਮੜ ਜਾਂਦੀ ਹੈ, ਫਿਰ ਉਹ ਸਾਫਾ ਲੈ ਕੇ ਸਾਫ ਕਰਨਾ ਪੈਂਦਾ ਵਾ ਅਤੇ ਬਾਕੀ ਹੁਣ ਪੱਠੇ ਪੁੱਠੇ ਲਾ ਕੇ ਮਿਲਦੇ ਹਾਂ। ਇਹ ਲੱਥ ਗਏ ਅਲੀ ਬਈ ਲਗਾ ਕੁਤਰਨ, ਅੱਬੂ ਦੇ ਮੱਝਾਂ ਨਵਾਉਣ ਅਤੇ ਬਾਕੀ ਮੈਂ ਹੁਣ ਲੈਂਦੇ ਹਾਂ ਸਾਹ ਅਤੇ ਬਾਕੀ ਹੁਣ ਪਾਣੀ ਪੂਣੀ ਡਾਲ ਦਾ ਨਿੱਕਿਆਂ ਨੂੰ ਬਾਲਟੀ ਲੈ ਕੇ ਅਤੇ ਮੱਝਾਂ ਛਡਾ ਦਾ ਅੱਬੂ ਨੂੰ, ਅੱਬੂ ਨੇ ਮੱਝਾਂ ਲੈ ਜਾਣੀਆਂ ਵਾ ਅਤੇ ਫਿਰ ਪੱਠੇ ਪੁੱਠੇ ਕੁਤਰ ਕੇ ਨਾ ਘਰ ਨੂੰ ਚੱਲਦੇ ਹਾਂ ਅਤੇ ਆਹ ਗਾਈਂ ਅਤੇ ਹਾਲਤ ਠਹਿਰ ਕੇ ਅੰਦਰ ਕਰਨਾ, ਕਿਉਂਕਿ ਹਜੇ ਸਵੇਰ ਦਾ ਟਾਈਮ ਆ, ਹਜੇ ਇਹਨਾਂ ਨੂੰ ਧੁੱਪ ਨਹੀਂ ਆਈ ਹੈਗੀ, ਉਹਨਾਂ ਨੂੰ ਧੁੱਪ ਆਊ ਫਿਰ ਇਹਨਾਂ ਨੂੰ ਅੰਦਰ ਕਰ ਦਾਂਗੇ। ਪੱਠੇ ਪੁੱਠੇ ਕੁਤਰੇ ਗਏ ਆ, ਹਲੇ ਵੀ ਵੈਪਰ ਮਾਰਦੇ ਆ, ਅਸੀਂ ਵੈਪਰ ਮਾਰ ਕੇ ਹਟਿਆ ਵਾ ਅਤੇ ਮੈਂ ਗੋਹੇ ਗੋਹੇ ਇਕੱਠਾ ਕਰਤਾ ਵਾ ਅਤੇ ਨਿੱਕਿਆਂ ਨੂੰ ਪਾਣੀ ਪੂਣੀ ਡਾਲਤਾ ਵਾ ਅਤੇ ਮੱਝਾਂ ਆਬੂ ਨੇ ਛੁਡਾਤੀਆਂ, ਮੱਝਾਂ ਆਬੂ ਲੈ ਗਏ, ਬਾਕੀ ਗਾਈ ਨੂੰ, ਵੱਛੇ ਨੂੰ ਅਤੇ ਵੱਛੀ ਨੂੰ ਵੀ ਪਾਣੀ ਡਾਲਤਾ ਵਾ ਅਤੇ ਪੱਠੇ ਖਿਲਾਰ ਦਿੱਤੇ ਆ, ਢੇਰੀ ਲੱਗੀ ਸੀ ਇੱਥੇ ਟੋਕੇ ਦੇ ਅੱਗੇ
ਅਤੇ ਜੇ ਨਾ ਖਿਲਾਰੋ ਫਿਰ ਬੱਸੀਆ ਮਾਰ ਜਾਂਦੇ ਅਤੇ ਬਾਕੀ ਇੱਧਰ ਕੂਲਰ ਰੱਖ ਦਿੱਤਾ ਆਪਾਂ ਗਾਈ ਨੂੰ ਲਾਉਣਾ ਹੁੰਦਾ ਰਾਤ ਨੂੰ ਅਤੇ ਸਵੇਰ ਨੂੰ ਤਾਂ ਪੱਖਾ ਲਾ ਦਈਦਾ ਵਾ, ਰਾਤ ਨੂੰ ਪਾਣੀ ਪਾ ਕੇ ਨਾ ਚਲਾ ਦਈਦਾ ਵਾ। ਅਤੇ ਆਹ ਜਾਲੀਆਂ ਉਦੋਂ ਦਿੱਤੀਆਂ ਸੀ ਬਣਾਉਣ, ਸ਼ਾਇਦ ਮੈਂ ਕਿਸੇ ਪਿਛਲੇ ਵਲੋਗ 'ਚ ਦੱਸਿਆ ਹੋਵੇ, ਅਤੇ ਇਹ ਉਦੋਂ ਬਣਵਾ ਕੇ ਲਿਆ ਸੀ ਮੈਂ ਅਤੇ ਸੀਫ ਗਏ ਸੀਗੇ। ਅਤੇ ਬਾਕੀ ਹੁਣ ਮੈਂ ਚੱਲਦਾ ਘਰ ਨੂੰ, ਜਾ ਕੇ ਫਿਰ ਇਹਨੂੰ ਤੇਲ ਲਵਾਉਂਦਾ ਵਾ। ਵਾਲ ਬਹੁਤ ਵੱਡੇ ਹੋਏ ਆ ਮੇਰੇ, ਰੋਜ਼ ਹੀ ਕਹਿੰਦਾ ਅੱਜ ਕਟਾਉਣਾ ਅੱਜ ਕਟਾਉਣਾ। ਅਤੇ ਦਾੜੀ ਵੱਡੀ ਵੱਡੀ ਹੋਈ ਯਾਰ, ਅੱਬੂ ਵੀ ਰੋਜ਼ ਕਹਿੰਦੇ ਆ ਲਵਾ ਦੇ ਅਜੀਬ ਜੀ ਦਾੜੀ ਆਈ ਤੇਰੇ, ਇੱਧਰੋਂ ਆਈ ਨਹੀਂ ਗੀ ਇੱਧਰ ਆਈ ਆ। ਅਤੇ ਬਾਕੀ ਹੁਣ ਮੈਂ ਘਰ ਨੂੰ ਚੱਲਾਂ, ਜਾ ਕੇ ਤੇਲ ਤੋਂ ਲਵਾ ਕੇ ਨਹਾ ਕੇ ਨਾ ਬੱਤਨ ਜਾਣਾ, ਬੱਤਨ ਜਾ ਕੇ ਨਾ ਥੋੜ੍ਹਾ ਸਮਾਨ ਲੈ ਕੇ ਆਉਣਾ ਵਾ। ਆਹ ਇਹਦਾ ਬੋਰਡ ਨਾ, ਆਹ ਇੱਕੋ ਹੀ ਸ਼ੂ ਹੈਗਾ ਇਹਦਾ, ਮਤਲਬ ਵੀ ਆ ਜੇ ਆਹ ਪੱਖਾ ਚਲਾਈਏ ਨਾ ਇੱਥੇ ਕੂਲਰ, ਅਤੇ ਉਹ ਬਲਬ ਨਹੀਂ ਚੱਲਦਾ, ਬਲਬ ਦੀ ਤਾਰ ਹੈਗੀ ਆਹ ਜਿਹੜੀ, ਆਹ ਜੇ ਹੁਣ ਇੱਥੇ ਲੱਗਾ ਹੋਵੇ ਨਾ ਇੱਦਾਂ ਫਿਰ ਦੋਵੇਂ ਚੱਲ ਜਾਂਦੇ ਆ। ਉੱਦਾਂ ਫਿਰ ਆਹ ਇੱਕੋ ਹੀ ਆਹ ਕੱਢਣਾ ਪੈਂਦਾ ਵਾ, ਅਤੇ ਫਿਰ ਉਹ ਬਲਬ ਲਾਉਣਾ ਪੈਂਦਾ ਵਾ, ਫਿਰ ਬਲਬ ਕੱਢਣਾ ਪੈਂਦਾ, ਫਿਰ ਆਹ ਲਾਉਣਾ ਪੈਂਦਾ। ਇਸ ਹਿਸਾਬ ਨਾਲ ਆਹ ਹੁਣ ਲਿਆ ਕੇ ਆਪਾਂ ਲਾਉਣਾ ਵਾ ਇਹ, ਅਤੇ ਥੋੜ੍ਹਾ ਜਿਹਾ ਘਰ ਦੇ ਬੋਰਡ ਦਾ ਸਮਾਨ ਉਹ ਲਿਆ ਕੇ ਆਉਣਾ ਵਾ। ਅਤੇ ਬਾਕੀ ਹੁਣ ਮੈਂ ਚੱਲਦਾ ਘਰ ਨੂੰ, ਜਾ ਕੇ ਨਾ ਨੂੰ ਫਿਰ ਚੱਲਦੇ ਹਾਂ ਬੱਤਨ ਨੂੰ, ਜਾ ਕੇ ਸਮਾਨ ਲੈ ਆਈਏ। ਸ਼ਾਮ ਨੂੰ ਫਿਰ ਆ ਜਾਣਾ ਮਿਸਤਰੀ ਨੇ, ਸ਼ਾਮ ਨੂੰ ਫਿਰ ਲਵਾ ਲਵਾਂਗੇ ਉਹਦੇ ਕੋਲੋਂ। ਅਤੇ ਬਾਕੀ ਹੁਣ ਮਿਲਦਾ ਵਾ ਨਹਾ ਧੋ ਕੇ। ਬਾਕੀ ਹਵੇਲੀ ਆ ਗਿਆ, ਅਤੇ ਮੱਝਾਂ ਮੁੱਝਾਂ ਲਏ ਸੀਗੇ ਦੁਪਹਿਰੇ, ਅਤੇ ਗਰਮੀ ਬਹੁਤ ਸੀ ਉਦੋਂ ਮੈਂ ਵਲੋਗ ਨਹੀਂ ਬਣਾਇਆ, ਪੱਠੇ ਪੁੱਠੇ ਪਾਉਣੇ ਹੁੰਦੇ ਆ, ਗਾਈਆਂ ਬਾਹਰ ਕੱਢੀਆਂ ਹੁੰਦੀਆਂ, ਵੈਪਰ ਮਾਰਨਾ ਹੁੰਦਾ ਵਾ। ਅਤੇ ਬਾਕੀ ਮੱਝਾਂ ਬੁੜੇ ਨਵਾਤੀਆਂ ਸੀਗੀਆਂ, ਅਤੇ ਹੁਣ ਆਇਆ ਮੈਂ ਤਾਰਾਂ ਕੱਢਣ। ਅਤੇ ਆਹ ਹੁਣ ਮੈਂ ਗਾਈ ਨੂੰ ਪਾਣੀ ਡਾਲ ਦਵਾਂ, ਵੱਛੇ ਨੂੰ ਅਤੇ ਵੱਛੇ ਨੂੰ ਡਾਲ ਦਵਾਂ ਪਾਣੀ ਪੂਣੀ ਡਾਲ ਕੇ, ਅਤੇ ਤਾਰਾਂ ਕੱਢ ਦਵਾਂ। ਤਾਰਾਂ ਕੱਢਣ ਤੋਂ ਬਾਅਦ ਫਿਰ ਦੁੱਧ ਘਰ ਦਿੰਦਾ ਵਾ, ਅਤੇ ਸੀਫ ਨੇ ਅੱਜ ਮਿੱਠਾ ਗੋਹਾ ਲਾਉਣ ਜਾਣਾ ਵਾ। ਅਤੇ ਜੇ ਮੈਂ ਟਾਈਮ ਨਾਲ ਫਾਰਗ ਹੋ ਗਿਆ ਉਹਦੇ ਨਾਲ ਚੱਲ ਚੱਲੂੰਗਾ, ਜੇ ਮੈਂ ਪੱਠੇ ਪੁੱਠੇ ਪਾਉਂਦੇ ਹਾਂ ਉਹ ਚੱਲ ਗਿਆ ਫਿਰ ਚੱਲ ਗਿਆ, ਕਿਉਂਕਿ ਗਰਮੀ ਅੱਗੇ ਬਹੁਤ ਆ। ਅਤੇ ਬਾਕੀ ਅਲੀ ਬਾਈ ਥੋੜ੍ਹਾ ਜਿਹਾ ਚੱਲਾ ਸ਼ਹਿਰ ਨੂੰ, ਅਤੇ ਆਬੂ ਨੇ ਜਿਹੜਾ ਦੁਪਹਿਰ ਮੈਂ ਵੀ ਸ਼ਹਿਰ ਗਿਆ ਸੀ ਉੱਥੋਂ ਹੀ ਆਇਆ ਸੀਗਾ, ਅਤੇ ਸਮਾਨ ਲੈ ਕੇ ਆਇਆ ਸੀ ਬਿਜਲੀ ਦਾ, ਜਿਹੜਾ ਬੱਤਨ ਲੈਣ ਗਿਆ ਸੀ ਉੱਥੋਂ ਲੱਭਾ ਨਹੀਂ, ਅਤੇ ਫਿਰ ਮੈਂ ਸ਼ਹਿਰ ਨੂੰ ਚੱਲ ਗਿਆ ਸੀਗਾ ਉੱਥੋਂ ਲੈ ਕੇ ਆਇਆ ਵਾਂ। ਅਤੇ ਹੁਣ ਉਹ ਇਲੈਕਟ੍ਰੀਸ਼ਨ ਵਾਲੇ ਨੂੰ ਫੋਨ ਕਰਦੇ, ਉਹ ਚੱਕਣ ਨਹੀਂ ਦਿਆ ਹੈਗਾ। ਆਬੂ ਕਹਿੰਦੇ ਮੈਂ ਜਾ ਉਹਦਾ ਪਤਾ ਕਰਦਾ, ਤੂੰ ਤਾਰਾਂ ਤੂਰਾਂ ਚੋਲ ਲਿਆ। ਮੈਂ ਕਿਹਾ ਚਲੋ ਠੀਕ ਹੈ। ਅਤੇ ਬਾਕੀ ਹੁਣ ਮੈਂ ਇਹਨਾਂ ਨੂੰ ਪਾਣੀ ਪੁਣੀ ਡਾਲ ਕੇ ਤਾਰਾਂ ਕੱਢਦਾ ਵਾਂ, ਅਤੇ ਬਾਅਦ 'ਚ ਫਿਰ ਪੱਠੇ ਪਾ ਦਿੰਦਾ। ਤਾਰਾਂ ਕੱਢ ਲਈਆਂ ਵਾਂ ਅਤੇ ਦੁੱਧ ਰੱਖਦਾ ਇੱਥੇ, ਹੁਣ ਮੈਂ ਦੁੱਧ ਦਿਆਵਾਂ ਘਰ। ਬਾਕੀ ਤਸੀਫ ਨੇ ਟਰੈਕਟਰ ਕੱਢ ਲਿਆ, ਉਹ ਚੱਲਾ ਵਾ ਟਰਾਲੀ ਲੈ ਕੇ, ਅਤੇ ਪੱਠੇ ਆ ਕੇ ਸ਼ਾਮ ਨੂੰ ਪਾ ਦੂੰਗਾ, ਅਤੇ ਨਾਲੇ ਪਾਣੀ ਡਾ ਕੇ ਬਾਅਦ 'ਚ ਪੱਠੇ ਪਾ ਦੂੰਗਾ। ਅਤੇ ਹੁਣ ਚੱਲਦਾ ਜਾ ਕੇ ਦੁੱਧ ਦਿਆਵਾਂ, ਇਹ ਤੋਂ ਪਹਿਲਾਂ ਵੀ ਟਰਾਲੀ ਲੈ ਕੇ ਲੰਘੇ। ਪਾਣੀ ਪੀਤਾ, ਹੁਣ ਉਹਨੇ ਭੱਜਣਾ ਵਾ। ਉਹ ਮੇਰੇ ਵਾਸਤੇ ਤੋੜ ਲਿਆ ਜਾਮਣਾ, ਪੈਲੀ ਤੇ ਗਿੱਲੀ ਪਈ ਇੱਧਰੋਂ।
ਇਹ ਚੋਰੀ ਚੱਕ ਲੈ ਕੇ ਜਾਂਦੇ ਲੱਗਦਾ, ਇੱਥੇ ਚੋਰੀ ਚੱਕ ਲੈ ਜਾਂਦੇ ਜਿੱਦਾਂ ਰੌਲਾ ਪਾਉਂਦੇ ਹਨ। ਪਹਿਲਾਂ ਤਾਂ ਢੇਰ ਲਾਉਣ ਗਏ ਸੀਗੇ, ਮੈਂ ਤਾਂ ਪੱਠੇ ਵੀ ਨਹੀਂ ਪਾਏ, ਮੈਂ ਕਿਹਾ ਢੇਰ ਲਾ ਕੇ ਆਏ ਨਾ, ਕਹਿੰਦਾ ਪੈਲੀ ਵਿੱਚ ਜਾਂਦਾ ਸੀ, ਕਹਿੰਦਾ ਮੈਂ ਕਿਹਾ ਚੱਲ ਚੱਲ ਚੱਲਦਾ ਨਾਲ ਹੀ ਫਿਰ। ਅਤੇ ਇਹਨੂੰ ਸੁਹਾਗਾ ਮਾਰ ਕੇ ਵਾਹ ਕੇ ਛੱਟਾ ਮਾਰਨਾ ਪਤਾ ਨਹੀਂ ਹੁਣ ਇੱਦੀ ਮਾਰ ਦਿੰਦਾ। ਹਵੇਲੀ ਆ ਗਿਆ ਵਾਂ ਅਤੇ ਟਰੈਕਟਰ ਸੀਵ ਖਿਲਾ ਲੈਂਦੇ ਆ, ਸ਼ਾਇਦ ਆਵਾਜ਼ ਆਉਂਦੀ ਹੋਵੇ ਟਰੈਕਟਰ ਦੀ। ਅਤੇ ਹਲ ਹੁਲ ਲਾਤੇ ਆ, ਬਾਕੀ ਹੁਣ ਮੈਂ ਪਾਣੀ ਡਾਕ ਪੱਠੇ ਪਾ ਦੇਵਾਂ। ਅੱਗੇ ਇਸ ਟਾਈਮ ਪੱਠੇ ਪਾ ਕੇ ਖਿਲਾ ਦੇਈਦੇ ਸੀਗੇ, ਅੱਜ ਮੈਂ ਤੁਸੀਂ ਹੁਣ ਚਲੀਆਂ ਲੇਟ ਹੋ ਗਿਆ, ਹੁਣ ਪਾਣੀ ਡਾਕ ਨੇ ਪੱਠੇ ਪਾ ਦੇਵਾਂ। ਅਤੇ ਫਿਰ ਚੱਲਦਾ ਘਰ ਨੂੰ, ਅੱਬੂ ਵੀ ਫੋਨ ਕਰਦੇ ਸੀ, ਜਾ ਕੇ ਪੁੱਛਦਾ ਵਾਂ ਕੀ ਹੋਇਆ ਵਾ, ਮਤਲਬ ਵੀ ਬੋਰਡ ਵਾਲਾ ਆਇਆ ਕਿ ਨਹੀਂ ਹਜੇ ਇਲੈਕਟ੍ਰੀਸ਼ਨ ਵਾਲਾ। ਅਤੇ ਬਾਕੀ ਦੁੱਧ ਮੈਂ ਘਰ ਛੱਡ ਕੇ ਚਲ ਗਿਆ ਸੀਗਾ, ਬਾਕੀ ਹੁਣ ਮੈਂ ਮਿਲਦਾ ਪਾਣੀ ਪੂਣੀ ਡਾ ਕੇ। ਪੱਠੇ ਪੁੱਠੇ ਪਾ ਦਿੱਤੇ ਆ, ਖਿਲਾਰ ਵੀ ਦਿੱਤੇ ਆ, ਅਤੇ ਹੁਣ ਮੈਂ ਚੱਲਦਾ ਘਰ ਨੂੰ, ਕੰਮ ਖਤਮ। ਅਤੇ ਬਾਕੀ ਵਲੌਗ ਦਾ ਇੱਥੇ ਕਰਦੇ ਐਂਡ, ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ, ਸਬਸਕ੍ਰਾਈਬ ਕਰ ਦਿਆ ਕਰੋ। ਬਾਕੀ ਆ ਇੱਥੇ ਖਾਦ ਪਈ ਆ, ਇਹ ਪਾਤੀ ਅੱਧੇ ਤੋਂ ਜ਼ਿਆਦਾ ਪੈ ਗਈ ਆ। ਅਤੇ ਬਾਕੀ ਹੁਣ ਮੈਂ ਚੱਲਦਾ ਘਰ ਨੂੰ, ਟਰੈਕਟਰ ਵੀ ਧੋਣ ਵਾਲਾ ਹੈ ਹੁਣ ਕਿਸੇ ਦਿਨ, ਜਿੱਦਣ ਗਰਮੀ ਘੱਟ ਪਊਗੀ ਉੱਦਣ ਧੋਊਂਗਾ, ਹੁਣ ਗਰਮੀ ਬਹੁਤ ਪੈਂਦੀ ਇਸ ਕਰਕੇ ਇੱਦੀ ਖੜ੍ਹਾ ਗੰਦਾ ਹੀ ਹੈ।